ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਹੋਪਸ ਸਾਰੇ ਵਧੀਆ ਹੋਵੋਗੇ। ਇੱਥੇ ਜੀ ਹੋ ਗਿਆ ਆਪਣਾ ਦੁਪਹਿਰ ਦਾ ਟਾਈਮ, ਵੱਜ ਗਏ ਨੇ ਜੀ 2:15। ਇੱਥੇ ਜਿੰਮੀ ਆਪਣੀ ਬੈਠੀ ਕੰਬਲ 'ਤੇ, ਬਿਕੋਜ਼ ਠੰਡ ਹੋ ਗਈ ਨਾ। ਇੱਥੇ ਆਪਣਾ ਹੁਨਰ ਦੁਕਾਨ 'ਤੇ ਗਿਆ, ਚੀਜ਼ੀਆਂ ਲੈ ਕੇ ਆਇਆ। ਹੁਣ ਖਾ ਲਓ ਪੁੱਤ, ਆਹ ਖਾ ਲਓ ਫਿਰ ਨਵੀਂ ਆਹ ਵਾਲੀ। ਹੋਰ ਮਾਮੂ ਪੀਣਾ ਪੁੱਤ, ਬਾਹਲਾ ਮਾਮੂ ਨਹੀਂ ਪੀਦਾ ਹੁੰਦਾ। ਸੈਟਿੰਗ ਦੇਖਣਾ, ਲਾ ਦਿੰਦੇ ਹਾਂ। ਚਲੋ ਜੀ, ਇੱਥੇ ਆਪਾਂ ਕਰਦੇ ਹਾਂ ਆਪਣਾ ਦੁਪਹਿਰ ਇੰਜੋਏ, ਮਿਲਦੇ ਆਪਾਂ ਜੀ ਸ਼ਾਮ ਨੂੰ। ਓਕੇ ਜੀ। ਹਾਂਜੀ, ਅਤੇ ਇੱਥੇ ਹੋ ਗਿਆ ਸੀ ਜੀ 4:00 ਸੀਗੇ, ਸ਼ਾਮ ਦਾ ਟਾਈਮ ਸੀਗਾ। ਬੱਚੇ ਕਰਕੇ ਕੰਮ ਲੱਗ ਜਾਂਦਾ, ਟਾਈਮ ਲੱਗ ਜਾਂਦਾ ਕੰਮ ਕਰਨ ਨੂੰ, ਇਸ ਲਈ ਮੈਂ ਸੋਚਿਆ ਵੀ ਮੈਂ 4:45 ਦਾ ਟਾਈਮ ਸੀ ਵੀ ਲੱਗ ਜਾਂਦੀ ਹਾਂ। ਪਹਿਲਾਂ ਤਾਂ ਮੈਂ ਭਾਂਡੇ ਜਿਹੜੇ ਸੀਗੇ ਉਹ ਉੱਪਰ ਰੱਖੇ, ਜਿਹੜੇ ਸਾਫ਼ ਸੀ, ਬਾਕੀ ਭਾਂਡੇ ਧੋਣ ਵਾਲੇ ਹੋ ਰਹੇ ਸੀ ਉਹ ਧੋਣੇ ਸੀਗੇ, ਤਾਂ ਕਰਕੇ ਮੈਂ ਇੱਥੇ ਲੱਗ ਗਈ ਸੀਗੀ ਕੰਮ ਕਰਨ। ਹੁਨਰ ਵੈਸੇ ਹੁਣ ਆਸ ਪਾਸ ਹੀ ਮੇਰੇ ਖੇਡ ਰਿਹਾ ਸੀਗਾ, ਮਤਲਬ ਕਿ ਕੋਲ ਹੀ ਫਿਰਦਾ ਸੀਗਾ, ਪਰ ਵਿੱਚ ਵਿੱਚ ਨਾ ਜ਼ਿੱਦ ਕਰਨ ਲੱਗ ਗਿਆ ਅਤੇ ਮੈਂ ਤਾਂ ਕੱਢ ਲਿਆ ਜੀ ਸ਼ੋਲ। ਅਤੇ ਮੇਰਾ ਇਹ ਬਹੁਤ ਹੀ ਗਰਮ ਸ਼ੋਲ ਆ, ਮੈਨੂੰ ਤਾਂ ਬਹੁਤ ਠੰਡ ਲੱਗਦੀ ਆ ਸਵੇਰੇ ਸਵੇਰੇ, ਬਟ ਜਦੋਂ ਕੰਮ ਕਰਦੀ ਹੁੰਦੀ ਹਾਂ ਇੱਕ ਵਾਰ ਲੱਗਦੀ ਆ ਠੰਡ ਜਦੋਂ ਮਤਲਬ ਉੱਠੀਦਾ, ਹੈ ਨਾ। ਉਸ ਤੋਂ ਬਾਅਦ ਜਦੋਂ ਮੈਂ ਕੰਮ ਜਿਹਾ ਇੱਕ ਵਾਰ ਲੱਗ ਜਾ ਨਾ, ਫਿਰ ਨਹੀਂ ਇੰਨੀ ਠੰਡ ਲੱਗਦੀ, ਮਤਲਬ ਕਿ ਜਦੋਂ ਕੰਮ ਕਰਾਂ ਉਦੋਂ ਨਹੀਂ ਲੱਗਦੀ ਠੰਡ, ਪਰ ਜਦੋਂ ਐਂ ਬੈਠੀ ਜੇ ਹੋਵਾਂ ਫਿਰ ਲੱਗਦੀ ਆ, ਜਾਂ ਸ਼ਾਮ ਨੂੰ ਰਾਤ ਦੇ ਟਾਈਮ ਲੱਗਦੀ ਹੈਗੀ ਜਦੋਂ ਰੋਟੀ ਰੋਟੀ ਖਾਂਦੇ ਹਾਂ 9-10 ਵੱਜ ਜਾਂਦੇ ਆ, ਉਦੋਂ ਐਂ ਹੁੰਦਾ ਵੀ ਠੰਡ ਜਿਹੀ ਲੱਗਦੀ ਹੈਗੀ। ਤਾਂ ਮੈਂ ਤਾਂ ਹੁਣ ਸ਼ੋਲ ਕੱਢ ਲਏ, ਅਤੇ ਤੁਸੀਂ ਦੱਸਿਓ ਤੁਸੀਂ ਕੱਢ ਲਏ ਸ਼ੋਲ ਕੋਟੀਆਂ? ਹੁਣ ਹੌਲੀ ਹੌਲੀ ਕਰਕੇ ਸਾਰੇ ਸਰਦੀਆਂ ਵਾਲੇ ਜਿਹੜੇ ਕੱਪੜੇ ਕੱਢਾਂਗੇ, ਥੋੜ੍ਹੇ ਥੋੜ੍ਹੇ ਕਰਕੇ ਸਾਰੇ ਆ ਜਿਹੜੇ ਆਪਾਂ ਕੱਪੜੇ ਆਪਾਂ ਧੋਵਾਂਗੇ। ਅਤੇ ਫਿਰ ਇੱਥੇ ਜੀ ਮੇਰੀ ਨਾ ਹਲਦੀ ਪਾਉਣੀ ਰਹਿੰਦੀ ਸੀਗੀ, ਡੱਬੀ ਦੇ ਵਿੱਚ ਮੁੱਕ ਗਈ ਸੀ, ਮੈਂ ਉਹ ਪਾਉਣ ਲੱਗ ਗਈ। ਕੱਲ੍ਹ ਮੈਂ ਡੱਬੇ ਦੇ ਵਿੱਚ ਵੀ ਪਾ ਲਈ, ਅਤੇ ਮੁੜ ਕੇ ਮੈਂ ਡੱਬਾ ਹੀ ਐਂ ਰੱਖਤਾ, ਅਤੇ ਮਤਲਬ ਕਿ ਅੱਜ ਮੈਂ ਸੋਚਿਆ ਵੀ ਮੈਂ ਡੱਬੀ ਭਰਦਾ ਨਹੀਂ, ਹੈ ਨਾ, ਮਤਲਬ ਤੁਹਾਨੂੰ ਪਤਾ ਹੀ ਆ ਫੇਰ ਫੇਰ ਹੀ ਹੋ ਜਾਂਦੀ ਆ। ਫਿਰ ਮੈਂ ਲੱਗ ਗਈ ਸੀ ਜੀ ਇੱਥੇ ਚਾਹ ਬਣਾਉਣ, ਹੁਨਰ ਦੇ ਪਾਪਾ ਅੱਜ ਲੇਟ ਹੋ ਗਏ ਸੀਗੇ ਆਉਣ ਤੋਂ, ਅਤੇ ਬਸ ਇੱਥੇ ਆਪਾਂ ਲੱਗ ਗਏ ਸੀ ਜੀ ਚਾਹ ਬਣਾਉਣ। ਚਾਹ ਪੱਤੀ ਪਾਵਾਂਗੇ, ਸ਼ੱਕਰ ਵਗੈਰਾ ਪਾਵਾਂਗੇ, ਅਤੇ ਜਿਹੜਾ ਆਪਣਾ ਚਾਹ ਦਾ ਜਿਹੜਾ ਮਸਾਲਾ ਅਸੀਂ ਪਾਉਂਦੇ ਹਾਂਗੇ ਘਰੇ ਬਣਾਇਆ ਹੋਇਆ, ਇਹ ਮੰਮੀ ਉਹ ਬਣਾਉਂਦੇ ਹੁੰਦੇ ਆ, ਸਾਰਾ ਸਮਾਨ ਮਤਲਬ ਲਿਆ ਕੇ ਮੰਮੀ ਘਰੇ ਬਣਾਉਂਦੇ ਹੁੰਦੇ ਆ, ਅਤੇ ਉਹੀ ਅਸੀਂ ਵਰਤਦੇ ਹਾਂਗੇ, ਹੋਰ ਨਹੀਂ ਬਸ ਕੁਛ ਪਾਉਂਦੇ ਹੈਗੇ। ਅਤੇ ਐਵੇਂ ਆ ਵੀ ਸ਼ੱਕਰ ਅਤੇ ਗੁੜ ਹੀ ਪੀਂਦੇ ਹਾਂ ਅਸੀਂ, ਚੀਨੀ ਵਾਲੀ ਚਾਹ ਨਹੀਂ ਪੀਂਦੇ। ਚੀਨੀ ਵਾਲੀ ਐਂ ਹੋ ਜਾਂਦਾ ਵੀ ਕਈ ਵਾਰ ਗੁੜ ਸ਼ੱਕਰ ਐਤ ਟਾਈਮ 'ਤੇ ਮੁੱਕ ਗਿਆ ਤਾਂ ਪਾਉਣੀ ਪੈ ਜਾਂਦੀ, ਅਦਰਵਾਈਜ਼ ਨਹੀਂ ਅਸੀਂ ਯੂਜ਼ ਕਰਦੇ। ਅਤੇ ਇੱਥੇ ਲੱਗੇ ਸੀ ਉਹਨਾਂ ਦੇ ਪਾਪਾ ਜੀ ਖੋਆ ਖਾਣ, ਗਰਮ ਕਰਕੇ ਲਿਆਂਦਾ ਸੀਗਾ, ਅਤੇ ਆਪਾਂ ਪਾ ਲਈ ਸੀ ਜੀ ਚਾਹ ਕੌਲਿਆਂ ਦੇ ਵਿੱਚ। ਅਸੀਂ ਕੌਲਿਆਂ 'ਚ ਚਾਹ ਤਾਂ ਪੀਂਦੇ ਹਾਂ, ਠੰਡੀ ਹੋ ਜਾਂਦੀ ਹੈ ਜਲਦੀ, ਬਸ ਤਾਂ ਕਰਕੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸ਼ਾਮ ਦਾ ਟਾਈਮ ਹੋ ਗਿਆ ਜੀ, ਅਤੇ ਮੈਂ ਦਾਲ ਧਰਤੀ ਸੀਗੀ, ਅਤੇ ਹੁਣ ਮੈਂ ਤੜਕਾ ਲਗਾ ਰਹੀ ਹਾਂ। ਹੁਣ ਜੀ ਮਸਲੀ ਦੀ ਦਾਲ ਬਣਾਈ ਆ, ਬਹੁਤ ਛੇਤੀ ਛੇਤੀ ਬਣਾਈ ਆ ਜਵਾਕ ਕਰਕੇ, ਇਹ ਸਾਂਭ ਨਹੀਂ ਰਿਹਾ ਸੀ ਮੇਰੇ ਕੋਲ, ਅੱਜ ਬਹੁਤ ਔਖਾ ਕਰਦਾ ਪਿਆ ਸੀ। ਬਸ ਤੜਕਾ ਭੁੰਨ ਰਿਹਾ ਗਾ, ਧਨੀਆ ਵਗੈਰਾ ਆਪਾਂ ਨੇ ਕੱਟਤਾ, ਬਸ ਡਾਂਜੀ ਟੋਗੀਆਂ ਦੀਆਂ ਰੋਟੀਆਂ ਵੀ ਪੱਕ ਗਈਆਂ, ਬਸ ਸਾਡੀਆਂ ਸਾਡੀਆਂ ਰੋਟੀਆਂ ਰਹਿ ਗਈਆਂ, ਅਤੇ ਇਹਨਾਂ ਨੂੰ ਰੋਟੀ ਪਾਉਣੀ ਰਹਿ ਗਈ। ਬਾਕੀ ਹੁਨਰ ਦੀ ਦਾਲ ਮੈਂ ਫਿੱਕੀ ਕੱਢਤੀ, ਫਿੱਕੀ ਬਹੁਤ ਚਾਅ ਨਾਲ ਖਾਂਦਾ, ਇੱਕ ਮੂੰਗੀ ਦੀ ਸਾਫਤ ਅਤੇ ਇੱਕ ਮੂੰਗੀ ਮਸਲੀ ਦੀ। ਬਸ ਜੀ ਆਪਣਾ ਛੇਤੀ ਛੇਤੀ ਕੱਟਿਆ ਹੋਇਆ ਤੜਕਾ ਭੁੱਜ ਰਿਹਾ, ਇੱਧਰ ਦਾਲ ਬਣ ਰਹੀ ਆ, ਇੱਧਰ ਆਪਾਂ ਥੋੜ੍ਹਾ ਜਿਹਾ ਧਨੀਆ ਜਿਹੜਾ ਉਹ। ਇੱਥੇ ਜੀ ਹੁਨਰ ਸੌਂ ਗਿਆ ਸੀਗਾ ਜੀ ਆਪਣਾ, ਅਤੇ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਲੱਗਿਆ ਜ਼ਰੂਰ ਦੱਸਿਓ। ਓਕੇ ਜੀ, ਮਿਲਦੇ ਹਾਂ ਨੈਕਸਟ ਬਲੌਗ 'ਚ।